ਜੋ ਰੇਲ ਕੋਚ ਫੈਕਟਰੀ ਦਾ ਮੈਨੂਫੈਕਚਰਿੰਗ ਯੂਨਿਟ ਹੈ ਉੱਥੋਂ ਦਾ ਉਹਨਾਂ ਨੇ ਜਾਇਜ਼ਾ ਲਿਆ ਹੈ। ਉੱਥੋਂ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਰਵਨੀਤ ਬਿੱਟੂ ਕੇਂਦਰੀ ਰੇਲ ਰਾਜ ਮੰਤਰੀ ਨੇ ਔਰ ਕਪੂਰਥਲਾ ਦੀ ਰੇਲ ਕੋਚ ਫੈਕਟਰੀ ਦੇ ਵਿੱਚ ਪਹੁੰਚੇ ਨੇ। ਜੋ ਮੈਨੂਫੈਕਚਰਿੰਗ ਉੱਥੇ ਹੋ ਰਹੀ ਹੈ ਰੇਲਵੇ ਨਾਲ ਸੰਬੰਧਿਤ ਉਸਦਾ ਜਾਇਜ਼ਾ ਲੈਣ ਦੇ ਲਈ। ਤਾਂ ਅੱਜ ਮੈਂ ਪੰਜਾਬ ਦੇ ਸ਼ਹਿਰ ਕਪੂਰਥਲਾ ਦੇ ਵਿੱਚ ਹਾਂ ਜਿੱਥੇ ਰੇਲ ਕੋਚ ਫੈਕਟਰੀ ਔਰ ਜੇਕਰ ਦੇਸੀ ਭਾਸ਼ਾ ਦੇ ਵਿੱਚ ਕਹੀਏ ਤਾਂ ਰੇਲ ਦੇ ਡੱਬੇ ਬਣਾਉਣ ਵਾਲਾ ਜਿਹੜਾ ਕਾਰਖਾਨਾ ਹੈ ਉੱਥੇ ਅਸੀਂ ਪਹੁੰਚੇ ਹਾਂ। ਤਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੇ ਵੱਡੇ ਇਸ ਕਾਰਖਾਨੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੇਲ ਗੱਡੀ ਦੇ ਜਿਹੜੇ ਡੱਬੇ ਨੇ ਉਹ ਤਿਆਰ ਕੀਤੇ ਜਾਂਦੇ ਨੇ। ਤਾਂ ਇੱਥੇ ਤੁਸੀਂ ਦੇਖੋ ਕਿ ਅੰਮ੍ਰਿਤ ਭਾਰਤ ਜਿਹੜੀ ਰੇਲ ਹੈ ਉਸਦੇ ਜਿਹੜੇ ਕੋਚ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਔਰ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਇੰਜੀਨੀਅਰ ਨੇ ਵਰਕਰ ਨੇ ਉਹ ਬਹੁਤ ਮਿਹਨਤ ਦੇ ਨਾਲ ਰੇਲ ਦੇ ਜਿਹੜੇ ਡੱਬੇ ਨੇ ਉਹ ਤਿਆਰ ਕਰਦੇ ਨੇ ਔਰ ਪੰਜਾਬ ਦੇ ਕਪੂਰਥਲਾ ਦੇ ਵਿੱਚ ਇਹ ਜਿਹੜੀ ਫੈਕਟਰੀ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਬਹੁਤ ਵੱਡੀ ਇਹ ਫੈਕਟਰੀ ਹੈ। ਕਈ ਹਜ਼ਾਰ ਏਕੜ ਦੇ ਵਿੱਚ ਇਹ ਜਿਹੜਾ ਰੇਲ ਕੋਚ ਫੈਕਟਰੀ ਨੂੰ ਬਣਾਇਆ ਗਿਆ ਔਰ ਕਈ ਸਾਲਾਂ ਤੋਂ ਵੱਖ ਵੱਖ ਰੇਲ ਗੱਡੀਆਂ ਦੇ ਜਿਹੜੇ ਡੱਬੇ ਨੇ ਉਹ ਇੱਥੇ ਤਿਆਰ ਕੀਤੇ ਜਾ ਰਹੇ ਨੇ। ਤਾਂ ਇਹ ਉਹੀ ਰੇਲ ਡੱਬੇ ਨੇ ਜਿਨ੍ਹਾਂ ਦੇ ਵਿੱਚ ਬੈਠ ਕੇ ਲੋਕ ਸਫ਼ਰ ਕਰਦੇ ਨੇ ਆਪਣੀ ਜਿਹੜੀ ਮੰਜ਼ਿਲ ਹੈ ਉਹ ਤੈਅ ਕਰਦੇ ਨੇ। ਪਰ ਇਹਨਾਂ ਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ। ਬਹੁਤ ਸਾਰੇ ਲੋਕਾਂ ਦਾ ਜਿਹੜਾ ਦਿਮਾਗ ਹੈ ਉਹ ਲੱਗਦਾ ਤਾਂ ਰੇਲ ਕੋਚ ਫੈਕਟਰੀ ਦੇ ਵਿੱਚ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਇੰਜੀਨੀਅਰ ਨੇ ਉਹਨਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਨੂੰ ਹੋਰ ਕਿਸ ਤਰੀਕੇ ਦੇ ਨਾਲ ਬਿਹਤਰ ਕੀਤਾ ਜਾਵੇ ਜਿੱਥੇ ਰੇਲ ਯਾਤਾਯਾਤ ਨੂੰ ਜੋ ਹੈ ਉਹ ਹੋਰ ਸੁਖਾਲਾ ਕਰਨ ਦੇ ਦੀਆਂ ਕੋਸ਼ਿਸ਼ਾਂ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ। ਤਾਂ ਇਸ ਵੇਲੇ ਤੁਸੀਂ ਦੇਖੋ ਕਿ ਜਿਹੜੇ ਰੇਲਵੇ ਰਾਜ ਮੰਤਰੀ ਨੇ ਰਵਨੀਤ ਬਿੱਟੂ ਉਹ ਵੀ ਇਸ ਵੇਲੇ ਇਸ ਰੇਲ ਕੋਚ ਫੈਕਟਰੀ ਦੇ ਵਿੱਚ ਇਸ ਪੂਰੇ ਕਾਰਖਾਨੇ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ। ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਇੱਕ ਜਿਹੜਾ ਰੇਲ ਕੋਚ ਦਾ ਜਿਹੜੇ ਅਸੀਂ ਕਹਿ ਸਕਦੇ ਕਿ ਵਿੰਡੋ ਸਾਈਡ ਜਿਹੜੀ ਹੁੰਦੀ ਹੈ ਉਸ ਨੂੰ ਤਿਆਰ ਕੀਤਾ ਜਾ ਰਿਹਾ। ਤਾਂ ਇੱਥੇ ਅੱਜ ਅੰਮ੍ਰਿਤ ਭਾਰਤ ਜਿਹੜੇ ਰੇਲ ਦੇ ਡੱਬੇ ਹੈ ਉਹਨਾਂ ਦੀ ਸ਼ੁਰੂਆਤ ਜਿਹੜੀ ਹੈ ਕੇਂਦਰੀ ਰੇਲ ਰਾਜ ਮੰਤਰੀ ਵੱਲੋਂ ਕੀਤੀ ਜਾ ਰਹੀ ਹੈ। ਤਾਂ ਹੁਣ ਤੁਸੀਂ ਦੇਖੋ ਕਿ ਉਹਨਾਂ ਵੱਲੋਂ ਬਾਕਾਇਦਾ ਤੌਰ 'ਤੇ ਜੋ ਹੈ ਇਸ ਦੀ ਜਿਹੜੀ ਅਧਿਕਾਰਿਕ ਤੌਰ 'ਤੇ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ। ਅਧਿਕਾਰੀ ਉਹਨਾਂ ਦੇ ਨਾਲ ਮੌਜੂਦ ਨੇ। ਤਾਂ ਸਾਹਮਣੇ ਜਿਹੜੇ ਇੰਜੀਨੀਅਰ ਨੇ ਜਿਹੜੇ ਕਿ ਇਸ ਕੋਚ ਨੂੰ ਤਿਆਰ ਕਰ ਰਹੇ ਨੇ ਉਹ ਇੱਥੇ ਮੌਜੂਦ ਨੇ ਔਰ ਹੁਣ ਇਸ ਰੇਲ ਕੋਚ ਦੀ ਜਿਹੜੀ ਸ਼ੁਰੂਆਤ ਹੈ ਉਹ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀ ਜਾ ਰਹੀ ਹੈ ਅਧਿਕਾਰਿਕ ਤੌਰ 'ਤੇ। ਤਾਂ ਇਸ ਵੇਲੇ ਰੇਲ ਕੋਚ ਫੈਕਟਰੀ ਦੇ ਵਿੱਚ ਤਮਾਮ ਜਿਹੜੇ ਅਧਿਕਾਰੀਆਂ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਕਾਫੀ ਅਹਿਮ ਨੇ ਕਿਉਂਕਿ ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਵਿੱਚ ਇਹ ਰੇਲ ਕੋਚ ਫੈਕਟਰੀ ਹੈ ਜਿੱਥੇ ਵੱਖ ਵੱਖ ਅਤਿ ਆਧੁਨਿਕ ਜਿਹੜੀਆਂ ਸਹੂਲਤਾਂ ਦੇ ਨਾਲ ਲੈਸ ਜਿਹੜੇ ਰੇਲ ਦੇ ਡੱਬੇ ਨੇ ਉਹ ਤਿਆਰ ਕੀਤੇ ਜਾਂਦੇ। ਇੱਕ ਵਾਰ ਮੈਂ ਫਿਰ ਤੋਂ ਪੂਰੇ ਇਸ ਕਾਰਖਾਨੇ ਦਾ ਵਿਊ ਦਿਖਾ ਦਿਆਂ ਕਿ ਜਿਹੜੀ ਰੇਲ ਕੋਚ ਫੈਕਟਰੀ ਹੈ ਕਿੰਨੇ ਵਿਸ਼ਾਲ ਅਸੀਂ ਕਹਿ ਸਕਦੇ ਹਾਂ ਕਿ ਘੇਰੇ ਦੇ ਵਿੱਚ ਫੈਲੀ ਹੋਈ ਹੈ ਔਰ ਹਜ਼ਾਰਾਂ ਜਿਹੜੇ ਰੇਲਵੇ ਦੇ ਮੁਲਾਜ਼ਮ ਨੇ ਅਧਿਕਾਰੀ ਨੇ ਇੰਜੀਨੀਅਰ ਨੇ ਉਹ ਰੇਲ ਦੇ ਜਿਹੜੇ ਡੱਬੇ ਹੈ ਉਹਨਾਂ ਨੂੰ ਬਣਾਉਣ ਦੇ ਵਿੱਚ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਲੱਗਦੀ ਹੈ। ਤਾਂ ਪੰਜਾਬ ਦੇ ਵੀ ਬਹੁਤ ਸਾਰੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਹੋਣਗੇ ਕਿ ਇੱਕ ਛੋਟੇ ਜਿਹੇ ਸ਼ਹਿਰ ਕਪੂਰਥਲਾ ਦੇ ਵਿੱਚ ਇੰਨੀ ਵੱਡੀ ਜਿਹੜੀ ਫੈਕਟਰੀ ਹੈ ਜਿੱਥੇ ਕਿ ਰੇਲ ਦੇ ਕੋਚਿਸ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ। ਤਾਂ ਇੱਥੇ ਬਹੁਤ ਸਾਰੀਆਂ ਰੇਲਾਂ ਦੇ ਡੱਬੇ ਜਿਹੜੇ ਨੇ ਉਹ ਹਾਲੇ ਜਿਹੜੇ
ਤਿਆਰ ਕੀਤੇ ਜਾ ਰਹੇ ਨੇ, ਉਹਨਾਂ ਦੀ ਤਿਆਰੀ ਜਿਹੜੀ ਹੈ ਉਹ ਹੋ ਰਹੀ ਹੈ ਔਰ ਬਹੁਤ ਜਲਦ ਇਹ ਜਿਹੜੇ ਡੱਬੇ ਜਦੋਂ ਤਿਆਰ ਹੋ ਜਾਣਗੇ ਤਾਂ ਰੇਲ ਦੀਆਂ ਪਟੜੀਆਂ ਦੇ ਉੱਤੇ ਦੌੜਦੇ ਹੋਏ ਨਜ਼ਰ ਆਉਣਗੇ। ਭਾਰਤ ਨੂੰ ਬਹੁਤ ਜਲਦ ਭਾਰਤ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਇੱਕ ਨਵਾਂ ਤੋਹਫ਼ਾ ਦਿੱਤਾ ਜਾ ਰਿਹਾ। ਤਾਂ ਇਸ ਵੇਲੇ ਮੈਂ ਜਿਹੜੀ ਟ੍ਰੇਨ ਦੇ ਵਿੱਚ ਮੌਜੂਦ ਹਾਂ ਇਸ ਟ੍ਰੇਨ ਦਾ ਨਾਮ ਹੈ ਵੰਦੇ ਮੈਟਰੋ। ਤਾਂ ਹੁਣ ਤੱਕ ਅਸੀਂ ਵੰਦੇ ਭਾਰਤ ਦੇਖ ਚੁੱਕੇ ਹਾਂ, ਉਸਦਾ ਜ਼ਿਕਰ ਅਕਸਰ ਹੁੰਦਾ, ਪਰ ਬਹੁਤ ਜਲਦ ਇੱਕ ਨਵੀਂ ਇੰਟਰਸਿਟੀ ਟ੍ਰੇਨ ਮਿਲਣ ਜਾ ਰਹੀ ਹੈ ਔਰ ਇਹ ਟ੍ਰੇਨ ਜਿਹੜੀ ਹੈ ਅਤਿ ਆਧੁਨਿਕ ਸੁਵਿਧਾਵਾਂ ਦੇ ਨਾਲ ਜਿਹੜੀ ਹੈ ਲੈਸ ਹੋਏਗੀ। ਇਸ ਵੇਲੇ ਕੇਂਦਰੀ ਰੇਲ ਰਾਜ ਮੰਤਰੀ ਤੁਸੀਂ ਦੇਖ ਸਕਦੇ ਹੋ ਕਿ ਉਸ ਟ੍ਰੇਨ ਦਾ ਨਿਰੀਖਣ ਕਰਨ ਦੇ ਲਈ ਪਹੁੰਚੇ ਨੇ। ਤਮਾਮ ਜਿਹੜੇ ਸੀਨੀਅਰ ਅਧਿਕਾਰੀ ਰੇਲਵੇ ਦੇ ਉਹ ਨਾਲ ਨੇ। ਤਾਂ ਰਵਨੀਤ ਜੀ, ਸਭ ਤੋਂ ਪਹਿਲਾਂ ਤਾਂ ਇਸ ਟ੍ਰੇਨ ਬਾਰੇ ਕੀ ਕਹੋਗੇ, ਕਿਉਂਕਿ ਹੁਣ ਤੱਕ ਵੰਦੇ ਭਾਰਤ ਦਾ ਜ਼ਿਕਰ ਹੋ ਚੁੱਕਿਆ, ਵੰਦੇ ਮੈਟਰੋ ਕੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਾਡੇ GM ਸਾਹਿਬ, ਸਾਡੇ ਰਵੀ ਜੀ, ਸਾਰੇ ਸੀਨੀਅਰ, ਕਿਉਂਕਿ ਪੰਜਾਬ ਦਾ ਮਾਣ ਆ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਕਪੂਰਥਲਾ ਹੈ ਉਹ ਸਾਡਾ ਨਹੀਂ ਦੇਸ਼ ਦਾ ਵੀ ਮਾਣ ਆ। ਜਿੱਥੇ ਮਤਲਬ ਜਦੋਂ ਇਹ 85 'ਚ ਉਰੇ ਰੇਲ ਕੋਚ ਫੈਕਟਰੀ ਆਈ ਸੀ ਤਾਂ ਉਰੇ ਇੱਕ ਮੰਡ ਏਰੀਆ ਸੀ, ਬਿਲਕੁਲ ਖਾਲੀ ਰੇਤਲਾ ਇਲਾਕਾ ਸੀ, ਕੁਛ ਨਹੀਂ ਸੀ। ਜਦੋਂ ਇਹ ਰੇਲਵੇ ਨੇ ਸੋਚ ਰੱਖੀ, ਕਿੱਡੀ ਵੱਡੀ ਪੁਰਾਣੇ ਬੰਦਿਆਂ ਦੀ ਸੋਚ ਸੀ ਵੀ ਉਰੇ ਇਹ ਸ਼ੁਰੂ ਕੀਤਾ ਗਿਆ। ਅੱਜ ਸਭ ਤੋਂ ਵੱਡੀ ਗੱਲ, ਵੱਡੀ ਮਾਣ ਦੀ ਗੱਲ ਇਹ ਆ ਵੀ ਜਦੋਂ ਮੈਂ ਅੱਜ ਵਿਜ਼ਿਟ ਕਰਨ ਆਇਆ ਇੱਥੇ, ਇਕੱਲਾ ਇਹ ਨਹੀਂ, ਇੱਕ ਤਾਂ ਪਹਿਲੀ ਮੁਬਾਰਕਬਾਦ ਇਹ ਦੇਣੀ ਚਾਹੁੰਦਾ ਵੀ ਇਹਨਾਂ ਨੇ ਸਾਰਿਆਂ ਨੇ ਰਲ ਕੇ 45,000 ਅੱਜ ਤੱਕ ਜਿਹੜੇ ਨੇ ਵੱਖ ਵੱਖ ਕਿਸਮ ਦੇ ਕੋਚਿਸ, ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਡੱਬੇ ਕਹਿ ਲੈਂਦੇ ਹਾਂ, ਟ੍ਰੇਨ ਦੇ 45,000 ਤੋਂ ਉੱਤੇ ਆ ਜਿਹੜਾ ਉਹ 45,000ਵਾਂ ਖੜਾ ਕੀਤਾ ਹੋਇਆ ਹੈ, ਇੱਕ ਸੈਲਫੀ ਪੁਆਇੰਟ ਬਣਾਇਆ। ਇਸ ਰੇਲ ਕੋਚ ਫੈਕਟਰੀ ਦਾ ਦੇਸ਼ ਦੇ ਵਿੱਚ ਬਹੁਤ ਵੱਡਾ ਅਹਿਮ ਯੋਗ ਵੱਡਾ। ਅਤੇ ਹੁਣ ਜਿੱਥੇ ਰਾਜਧਾਨੀ ਸ਼ਤਾਬਦੀ ਆਮ ਟ੍ਰੇਨਾਂ ਹੈ ਜਿਹੜੀਆਂ ਉਹ ਬਣਦੀਆਂ ਗਈਆਂ, ਉਦੋਂ ਬਾਅਦ ਬੰਦੇ ਭਾਰਤ ਦੀ ਗੱਲ ਕੀਤੀ, ਅੰਮ੍ਰਿਤ ਭਾਰਤ ਦੀ ਆਪਾਂ ਗੱਲ ਕੀਤੀ, ਅਤੇ ਇਹ ਮੈਟਰੋ ਇਸ ਵੇਲੇ ਜਿਹੜੀ ਆਪਾਂ ਇਸ ਵੇਲੇ ਜਿਹਨੂੰ ਇਹਨੂੰ ਦੇਖ ਰਹੇ ਹਾਂ, ਇਸ ਵੇਲੇ ਇਹ ਬੰਦੇ ਭਾਰਤ ਤੋਂ ਬਾਅਦ ਇਹ ਉਹਦੇ ਵਿੱਚ ਮੈਟਰੋ ਦੀ ਸ਼ਕਲ 'ਚ, ਇਹ ਬੰਦੇ ਮੈਟਰੋ ਜਿਹੜੀ ਆ ਇਹ ਕਿੱਥੇ ਚੱਲੇਗੀ ਅਤੇ ਇਹਦਾ ਕਾਰਨ ਕੀ ਆ? ਕਿਉਂਕਿ ਜਿਹੜੇ ਸਬਰਬਨ ਆਪਾਂ ਜਾਂ ਮੈਟਰੋ ਸਿਟੀਜ਼ ਨੇ ਜਿਹੜੇ ਅੱਜ ਬਹੁਤ ਵੱਡੇ ਆ, ਉਹ 'ਚ ਜਿਵੇਂ ਆਪਾਂ ਲੁਧਿਆਣਾ ਵੀ ਲਾ ਸਕਦੇ ਹਾਂ, ਸਪੋਜ਼ ਕਰੋ ਆਪਾਂ ਅੰਬਾਲਾ ਲਾ ਸਕਦੇ ਹਾਂ, ਚੰਡੀਗੜ੍ਹ ਲਾ ਸਕਦੇ ਹਾਂ, ਜਾਂ ਜਿੰਨੇ ਵੀ ਵੱਡੇ ਸ਼ਹਿਰ ਨੇ, ਇਹ ਅਗਲੇ ਸਾਲ ਤੁਹਾਨੂੰ ਇਹ ਵੱਡੇ ਮੈਟਰੋ ਸਿਟੀ 'ਚ ਅਗਲੇ ਸਾਲ ਚੱਲਦੀ ਦਿਖੂਗੀ। ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਤਾਂ ਲੋਕਾਂ ਦਾ ਜਿਹੜਾ ਸਮਾਂ ਹੈ ਉਹ ਬਚਾਏਗੀ। ਇਹਦੇ ਵਿੱਚ ਤਕਰੀਬਨ ਇਹਦੀ ਸਪੀਡ ਵੀ ਬਹੁਤ ਜ਼ਿਆਦਾ ਹੋਏਗੀ, ਹਜੇ ਪਹਿਲਾਂ ਤਾਂ ਅਸੀਂ 120 ਤੱਕ ਜਿਹੜੀ ਇਹਦੀ ਸਪੀਡ ਹੋਏਗੀ, ਉਦੋਂ ਬਾਅਦ ਇਹਦੀ ਇਹਦਾ ਹੈ ਵੀ ਸਪੀਡ ਹੋਰ 150 ਤੱਕ ਜਾਵੇ, ਕਿਉਂਕਿ ਅੱਜ ਲੋਕਾਂ ਨੂੰ ਸ਼ਹਿਰ ਦੇ ਵਿੱਚ ਕਾਰਾਂ 'ਚ ਗੱਡੀਆਂ 'ਚ ਵੈਸੇ ਆਉਣਾ ਬੜਾ ਔਖਾ। ਇਹ ਉਹ ਰੋਲ ਅਦਾ ਕਰੇਗੀ, ਇੱਕ ਡੱਬਾ ਜਿਹੜਾ ਇਹ ਚੀਜ਼ 'ਚ ਆਪਾਂ ਖੜ੍ਹੇ ਹਾਂ, ਤਕਰੀਬਨ 300 ਦੇ ਉੱਤੇ ਜਿਹੜਾ ਇਹਦੇ ਵਿੱਚ ਕਪੈਸਿਟੀ ਆ ਜਿਹੜੀ ਉਹ ਇੱਕ ਡੱਬੇ ਦੀ ਆ। ਅੱਗੇ ਮੈਂ ਤੁਹਾਨੂੰ ਦਿਖਾਉਣਾ ਵੀ ਕਿਸ ਤਰੀਕੇ ਨਾਲ ਇਹਦੇ ਵਿੱਚ ਕੀ ਖਾਸੀਅਤਾਂ ਹੈ। ਇੱਕ ਇੱਕ ਤੁਸੀਂ ਦੇਖੋਗੇ ਵੀ ਇੱਕ ਜਿਹੜਾ ਕੋਈ ਵੀ ਟ੍ਰੇਨ ਹੁੰਦੀ ਆ ਉਹਨੂੰ ਮੂਹਰਿਓਂ ਇੰਜਨ ਇੱਕ ਉਹਨੂੰ ਖਿੱਚਦਾ ਹੈ, ਪਾਵਰ ਹੁੰਦੀ ਆ ਇਹਦੇ ਹਰ ਇੱਕ ਡੱਬੇ ਦੇ ਵਿੱਚ ਜਿਹੜਾ ਹੈ ਉਹ ਪਾਵਰ 50% ਜਨਰੇਟ ਕਰਨ ਦੀ ਉਹਦੀ ਤਾਕਤ ਆ। ਆ ਇਹਨੂੰ ਕਹਿੰਦੇ ਆ ਗੈਂਗਵੇ, ਆ ਜਿੱਥੇ ਆਪਾਂ ਖੜ੍ਹੇ ਹਾਂ ਜਿੱਥੇ ਦੋ ਡੱਬੇ ਜੁੜਦੇ ਨੇ ਆਪਸ ਵਿੱਚ, ਤੁਸੀਂ ਦੇਖਿਆ ਹੋਣਾ ਟ੍ਰੇਨ ਦਾ ਜਦੋਂ ਉਹਦੇ ਆਪਾਂ ਵਿੱਚ ਆਉਂਦੇ ਹਾਂ ਉੱਥੇ ਛੱਕ ਛੱਕ ਦੀ ਆਵਾਜ਼ ਜਾਂ ਬੜੀਆਂ ਤਰ੍ਹਾਂ ਦੀਆਂ ਆਵਾਜ਼ਾਂ ਬਾਹਰੋਂ ਆਉਂਦੀਆਂ ਹੈ ਅਤੇ ਅਨਕੰਫਰਟੇਬਲ ਫੀਲ ਹੁੰਦਾ, ਇਹਨੂੰ ਤੁਸੀਂ ਜ਼ਰੂਰ ਦਿਖਾਓ। ਇਹ ਇਸ ਤਰੀਕੇ ਦਾ ਇਹਨਾਂ ਨੇ ਤਿਆਰ ਕੀਤਾ, ਤੁਸੀਂ ਦੇਖੋਗੇ ਵੀ ਬਿਲਕੁਲ
ਇਹਦੇ ਵਿੱਚ ਕੋਈ ਸੀਲਡ, ਇਹਦੇ ਵਿੱਚ ਇੱਕ ਰੱਤੀ ਭਰ ਕੋਈ ਹਵਾ ਨਹੀਂ ਬਾਹਰੋਂ, ਕੋਈ ਬਾਹਰੋਂ ਆਵਾਜ਼ ਨਹੀਂ, ਕੋਈ ਡਿਸਟਰਬੈਂਸ ਨਹੀਂ ਹੋਏਗੀ। ਇਸ ਤਰੀਕੇ ਨਾਲ ਇਹ ਤੁਸੀਂ ਸਮਝ ਗਏ ਨਾ, ਜਦੋਂ ਡੱਬਾ ਤੇ ਨਾਲ ਡੱਬਾ ਅਸੀਂ ਦੇਖਦੇ ਕਿ ਇੱਕ ਦੂਸਰੇ ਡੱਬੇ 'ਚ ਜਾਣਾ ਤਾਂ ਕਈ ਵਾਰ ਬੰਦਾ ਘਬਰਾਉਂਦਾ, ਕਿੰਨਾ ਕੰਫਰਟੇਬਲ ਆ ਵੀ ਇੱਕ ਦੂਜੇ ਨਾਲ ਜਿਹੜਾ ਖੁੱਲ੍ਹਾ। ਅਤੇ ਇਸੇ ਤਰੀਕੇ ਨਾਲ ਜਿਵੇਂ ਇੰਡੀਅਨ ਸਟਾਈਲ ਇਹਨਾਂ ਦੇ ਬਾਥਰੂਮ ਨੇ, ਬਾਥਰੂਮ ਦੇਖੋ ਕਿੰਨੇ ਸ਼ਾਨਦਾਰ, ਤੁਸੀਂ ਜ਼ਰੂਰ ਦਿਖਾਓ ਦ੍ਰਿਸ਼ ਅੰਦਰੋਂ ਜਾ ਕੇ। ਮੈਂ ਦਿਖਾਉਣਾ ਚਾਹੁੰਦਾ ਤਾਂ ਇਹ ਬਿਲਕੁਲ ਟ੍ਰੇਨ ਨਹੀਂ ਬਲਕਿ ਜਿਸ ਤਰ੍ਹਾਂ ਕੋਈ ਪਲੇਨ ਦੇ ਵਿੱਚ ਸਫ਼ਰ ਕਰਦਾ ਕੋਈ ਯਾਤਰੀ, ਤਾਂ ਉਸ ਤਰੀਕੇ ਦੀਆਂ ਜਿਹੜੀਆਂ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ LED ਜਿਹੜੀ ਯਾਤਰੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਏਗੀ, CCTV ਕੈਮਰਾਜ਼ ਇੰਸਟਾਲ ਨੇ ਔਰ ਹਰ ਇੱਕ ਰੇਲਵੇ ਸਟੇਸ਼ਨ ਦੀ ਡਿਜੀਟਲੀ ਜਿਹੜੀ ਸਕਰੀਨ ਦੇ ਉੱਪਰ ਜਾਣਕਾਰੀ ਮਿਲੇਗੀ ਕਿ ਅੱਗੇ ਕਿਹੜਾ ਸਟੇਸ਼ਨ ਆਉਣਾ ਹੈ, ਤਾਂ ਅਸੀਂ ਮੰਤਰੀ ਸਾਹਿਬ ਤੋਂ ਜਾਣ ਉਹਦੇ ਵਿੱਚ ਜਾਣਕਾਰੀ ਤਾਂ ਇੱਕ ਇੱਕ ਮਿਲੇਗੀ ਅਲੱਗ ਅਲੱਗ। ਇਹ ਇਕੱਲਾ ਇਹ ਨਹੀਂ ਗਾ, GM ਸਾਹਿਬ ਹੁਣੀ ਸਾਰੇ ਅਸੀਂ ਇਸ ਗੱਲ ਨੂੰ ਦੇਖ ਰਹੇ ਸੀ ਵੀ ਇਹ ਜਿਹੜਾ ਲਿਖਿਆ ਹੋਊਗਾ ਇਹ ਤਾਂ ਅਲੱਗ ਅਲੱਗ ਭਾਸ਼ਾ 'ਚ ਆਊਗਾ ਹੀ ਆਊਗਾ, ਪਰ ਕਈ ਵਾਰ ਆਵਾਜ਼, ਕਈ ਵਾਰ ਧਿਆਨ ਨਹੀਂ ਹੁੰਦਾ ਵੀ ਕਿੱਥੇ ਆ ਗਿਆ ਕਿੱਥੇ ਨਹੀਂ, ਉਹ ਅਲੱਗ ਅਲੱਗ ਭਾਸ਼ਾ ਦੇ ਵਿੱਚ ਸਾਊਂਡ ਸਿਸਟਮ ਅਨਾਊਂਸਮੈਂਟ ਵੀ ਜਿਹੜੀ ਵਾਰ ਵਾਰ ਉਹ ਵੀ ਪਬਲਿਕ ਅਨਾਊਂਸਮੈਂਟ ਆ ਜਿਹੜੀ ਹਰ ਰੂਟ ਦੀ, ਕਿਉਂਕਿ ਇਹਨੇ ਚੱਲਣਾ ਜਿਵੇਂ ਮੈਂ ਤੁਹਾਨੂੰ ਕਿਹਾ ਸ਼ਹਿਰ ਦੇ ਵਿੱਚ ਚੱਲਣਾ, ਅਤੇ ਸਟੇਸ਼ਨ ਬੜੇ ਤੇਜ਼ੀ ਨਾਲ ਆਉਣਗੇ। ਜਿਵੇਂ ਆਪਾਂ ਦਿੱਲੀ ਦੀ ਮੈਟਰੋ 'ਚ ਸਾਰਿਆਂ ਨੇ ਸਫ਼ਰ ਕੀਤਾ, ਤੁਸੀਂ ਦੇਖਿਆ ਵੀ ਇੱਕਦਮ ਤੇਜ਼ੀ ਨਾਲ ਉਹ ਚੱਲਦੀ ਹੈ ਅਤੇ ਤੇਜ਼ੀ ਨਾਲ ਸਟੇਸ਼ਨ ਆ ਕੇ ਉਹ ਚੀਜ਼ ਅਨਾਊਂਸਮੈਂਟ ਵੀ ਵਾਰ ਵਾਰ ਹੁੰਦੀ ਰਹੂ। ਅਤੇ ਆਹ ਇੱਥੇ ਤੁਸੀਂ ਦੇਖੋਗੇ, ਅਸੀਂ ਇਹ ਤੋਂ ਇਲਾਵਾ ਇਕੱਲਾ ਰੂਟ ਸਾਰਾ ਇੱਥੇ ਇਹਦਾ ਰੂਟ ਪਲੈਨਡ ਹੋਊਗਾ ਵੀ ਕਿੱਥੇ ਨੂੰ ਕਿਸ ਰੂਟ ਨਹੀਂ ਇਹ ਕਿਸ ਕਿਸ ਜਗ੍ਹਾ ਜਾ ਰਹੀ ਆ। ਬੜੀ ਹਰ ਚੀਜ਼ ਸ਼ਾਨਦਾਰ ਤਰੀਕੇ ਨਾਲ ਇਹਨੂੰ ਬਣਾਇਆ ਜਾ ਰਿਹਾ ਹੈ। ਇਸ ਤਰੀਕੇ ਨਾਲ AC ਦੇ ਪ੍ਰਬੰਧ ਨੇ, ਇਸ ਤਰੀਕੇ ਨਾਲ ਕਿਉਂਕਿ ਸਫ਼ਰ ਛੋਟਾ ਹੈ ਤੁਸੀਂ ਖੜ੍ਹਨ ਦਾ ਬਹੁਤ ਕੰਫਰਟੇਬਲੀ ਤੁਸੀਂ ਦੇਖੋਗੇ। ਅੱਜ ਜਦੋਂ ਏਅਰਪੋਰਟਸ 'ਤੇ ਜਾਂਦੇ ਹੋ ਉੱਥੇ ਉਹਨਾਂ ਦੀਆਂ ਬੱਸੇ ਫੈਰੀ ਕਰਦੀਆਂ ਹੈ ਅਤੇ ਆਪਾਂ ਉਹਨਾਂ ਹੀ CCTV ਕੈਮਰਾ ਵੀ ਆ। ਆਮ ਤੌਰ 'ਤੇ ਸਵਾਲ ਖੜ੍ਹੇ ਹੁੰਦੇ ਆ ਕਿ ਜਿਹੜੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ, ਤਾਂ ਇਹ ਕੈਮਰੇ ਵੀ ਉਹਦੇ 'ਚ ਅਹਿਮ ਭੂਮਿਕਾ। ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਆ, ਇਹ ਜਿਹੜੇ ਕੈਮਰਾਜ਼ ਨੇ ਇਕੱਲਾ ਇਹ ਕੈਮਰਾ ਤਾਂ ਇਹ ਡਰਾਈਵਰ ਜਿੱਥੇ ਆ ਉਹ ਦੇਖ ਹੀ ਰਿਹਾ, ਉਹ ਸਾਰਾ ਕੁਝ ਵਾਚ ਕਰ ਰਿਹਾ, ਬਟ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਵੀ ਤੁਸੀਂ ਉਹ ਦੇਖੋ ਉਹ ਬਟਨ ਪ੍ਰੈਸ ਕਰੋਗੇ, ਇਹਦੇ ਵਿੱਚ ਬਟਨਸ ਦਿੱਤੇ ਆ, ਆਹ ਲਿਖਿਆ ਏ ਉਹ ਦੇਖੋ। ਇਹ ਬਿਲਕੁਲ ਇਹ ਬੜੀ ਇੱਕ ਅਸੀਂ ਕਹਿ ਸਕਦੇ ਕਿ ਨਵੀਂ ਇੱਕ ਪਹਿਲ ਕੀਤੀ ਗਈ ਹੈ ਔਰ ਇਹਦੇ ਉੱਤੇ ਤੁਸੀਂ ਦੇਖੋ ਕਿ ਪੁਸ਼ ਟੂ ਟਾਕ ਯਾਨੀ ਕਿ ਇਸ ਬਟਨ ਨੂੰ ਪ੍ਰੈਸ ਕਰਕੇ ਤੁਸੀਂ ਜੇਕਰ ਕੋਈ ਵੀ ਜਾਣਕਾਰੀ ਦਿਓਗੇ ਤਾਂ ਸਿੱਧਾ ਉਹ ਉਸ ਗੱਡੀ ਦੇ ਜਿਹੜੇ ਡਰਾਈਵਰ ਹੋਣਗੇ ਪਾਇਲਟ ਹੋਣਗੇ ਉਹਨਾਂ ਤੱਕ ਪਹੁੰਚੇਗੀ। ਤਾਂ ਤੁਸੀਂ ਦੇਖੋ ਕਿ ਡੈਮੋ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਵੀ ਇਹਨੂੰ ਅਗਰੀਨ ਆ ਗਿਆ ਰੈਡੀ ਟੂ ਟਾਕ ਆਇਆ ਹੁਣ ਸ਼ਾਇਦ ਤੁਸੀਂ ਡਰਾਈਵਰ ਸਾਹਿਬ ਆਪਕੋ ਆਵਾਜ਼ ਸੁਣ ਰਹੀ ਹੈ? ਡਿੱਬੇ ਸੇ ਬੋਲ ਰਹੇ ਹੈ? ਓਕੇ, ਦੇਖੋ ਉਹਨਾਂ ਨੂੰ ਇਹ ਵੀ ਪਤਾ ਲੱਗ ਰਿਹਾ ਵੀ ਉਹ ਆਪਣੇ ਕੈਮਰੇ ਰਾਹੀਂ ਇਹ ਦੇਖ ਲੈਣਗੇ ਵੀ ਕਿਹੜੇ ਡਿੱਬੇ ਚੋਂ ਇਸ ਵੇਲੇ। ਦੇਖੋ ਕੋਚ ਵੀ ਉਹਨਾਂ ਕਿ ਕਿਸੇ ਵੀ ਯਾਤਰੀ ਨੂੰ ਕੋਈ ਪਰੇਸ਼ਾਨੀ ਜਾਂ ਕਿਸੇ ਮਹਿਲਾ ਨੂੰ ਤਾਂ ਉਹ ਤੁਰੰਤ ਜਾਣਕਾਰੀ ਦੇ। ਦੇਖੋ ਹੁਣ ਉਹ ਡਰਾਈਵਰ ਉਹ ਦੱਸ ਰਹੇ ਨੇ ਜਿਹੜੇ ਸਾਡੇ ਪਾਇਲਟ ਕੋਚ ਨੰਬਰ ਵੀ ਦੱਸ ਰਹੇ ਆ। ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਲੱਗ ਰਿਹਾ ਵੀ ਕਿਹੜੇ ਕੋਚ ਆ, ਤੇ ਉਹਨਾਂ ਨੇ ਦੱਸਿਆ ਵੀ ਕੋਚ ਨੰਬਰ 3
ਕੋਚ ਬੋਲ ਰਹੇ ਹੋ, ਉਹਨੂੰ ਸਾਡਾ ਟੀਸੀ ਕੋਚ ਹੈ, ਟ੍ਰੇਲਰ ਕੋਚ ਹੈ ਸਰ, ਉੱਥੋਂ ਬੋਲ ਰਹੇ ਹੋ? ਥੈਂਕ ਯੂ ਸਰ, ਮੈਂ ਆਪਕੋ ਨਜ਼ਰ ਆ ਰਹਾ ਹੂੰ। ਆਪਕੋ ਤੁਹਾਨੂੰ ਦਿਖ ਰਹੇ ਆ ਖੜੇ ਕੈਮਰੇ ਰਾਹੀਂ? ਦਿਖਾਈ ਦੇ ਰਿਹਾ ਸਰ, ਆਪ ਦਿਖ ਰਹੇ ਹੋ, ਦਿਖਾਈ ਦੇ ਰਹੇ ਆ ਤੁਹਾਨੂੰ, ਆਪਕਾ ਵਿਜ਼ੂਅਲ ਆ ਰਿਹਾ ਦੇਖੋ। ਇਹ ਇੱਕ ਨਵੀਂ ਚੀਜ਼ ਜਿਹੜੀ ਭਾਰਤੀ, ਇਹ ਤੁਹਾਨੂੰ ਤੁਸੀਂ ਲੱਗਦਾ ਵੀ ਕੈਮਰੇ ਚ ਨਹੀਂ ਕੋਈ, ਤੁਸੀਂ ਗੱਲ ਵੀ ਨਹੀਂ, ਇਹ ਤੁਹਾਡੇ ਕੋਲ ਕਈ ਵਾਰ ਇੰਨਾ ਟਾਈਮ ਨਹੀਂ ਹੋ ਸਕਦਾ ਵੀ ਤੁਸੀਂ ਇਹ ਦੱਬ ਕੇ ਇਹਦੇ ਨਾਲ ਬੋਲ ਕੇ ਦੱਸੋ ਕੋਈ ਗੱਲ, ਉਸ ਕਰਕੇ ਤੁਸੀਂ ਇੱਕਦਮ ਜਿਹੜਾ ਏ ਉਹ ਅਲੱਗ ਬਟਨ, ਉਹ ਰੈਡ ਬਟਨ ਆ, ਪ੍ਰੈਸ ਕਰ ਦੋ। ਤਾਂ ਇਹ ਇਸ ਬਟਨ ਦਾ ਕੀ ਫੰਕਸ਼ਨ ਆ? ਵੀ ਇੱਕਦਮ ਉਹਨਾਂ ਨੂੰ ਪਤਾ ਲੱਗੂ ਵੀ ਅਲਾਰਮ ਕੋਈ ਵੱਜਿਆ ਏ, ਪਰ ਉਹ ਇੰਨੀ ਇੱਕਦਮ ਉਹ ਕੈਮਰੇ ਚ ਇਸ ਕੋਚ ਦੇਖਣਗੇ, ਕੈਮਰਾ ਅਲਾਈਨ ਹੋ ਜਾਏਗਾ ਇਸ ਡਾਇਰੈਕਸ਼ਨ ਤੇ ਜਿੱਥੋਂ ਬਟਨ ਦਬਿਆ, ਤੇ ਉਹ ਪੈਸੇਂਜਰ ਨੂੰ ਦੇਖ ਸਕਦੇ ਆ ਕਿ ਪੈਸੇਂਜਰ ਨੂੰ ਪ੍ਰੋਬਲਮ ਕੀ ਹੈਗੀ ਏ, ਤੇ ਗਾਰਡ ਅਲਰਟ ਚਲਾ ਜਾਏਗਾ, ਤੇ ਗਾਰਡ ਉਸ ਹਿਸਾਬ ਨਾਲ ਉਹਦੇ ਤੇ ਕਰੈਕਟਿਵ ਐਕਸ਼ਨ ਲੈ ਸਕਦਾ ਵੇ ਕਿ ਮੈਂ ਗੱਡੀ ਰੋਕਣੀ ਹੈ, ਕੋਈ ਐਮਰਜੈਂਸੀ ਹੈਗੀ ਤੇ ਕਿਸੇ ਨੂੰ ਬੁਲਾ ਸਕਦਾ ਵੇ ਅਸਿਸਟੈਂਸ ਵਾਸਤੇ, ਤੇ ਉਹਨੂੰ ਹੈਲਪ ਫਟਾਫਟ ਦੇ ਸਕਦਾ ਵੇ। ਇੱਕਦਮ ਉਹ ਆਪਣੇ ਕੈਮਰੇ ਰਾਹੀਂ ਦੇਖੂਗਾ ਵੀ ਇੱਥੋਂ ਅਲਾਰਮ ਦੱਬਿਆ ਗਿਆ, ਕੀ ਪਤਾ ਕਈ ਵਾਰ ਇਹ ਨਹੀਂ ਜ਼ਰੂਰੀ ਕੋਈ ਦੁਰਘਟਨਾ ਹੀ ਆ, ਕਈ ਵਾਰ ਐਸੀ ਆ ਕੋਈ ਪੈਸੇਂਜਰ ਦਾ ਸਮਾਨ ਰਹਿ ਗਿਆ, ਕੋਈ ਬੱਚਾ ਬਾਹਰ ਰਹਿ ਗਿਆ ਤੇ ਟ੍ਰੇਨ ਚੱਲ ਪਈ ਕਿਸੇ ਵੀ ਤਰ੍ਹਾਂ ਦੀ, ਕੋਈ ਵੀ ਤਰੀਕੇ ਨਾਲ, ਉਹ ਗੱਲ ਇਕੱਲਾ ਇਹ ਨਹੀਂ ਵੀ ਉਸ ਕੋਈ ਦੁਰਘਟਨਾ ਲਈ, ਪਰ ਕੋਈ ਐਮਰਜੈਂਸੀ ਲੋੜ ਪੈਂਦੀ ਆ ਉਹ ਬੋਲ ਕੇ ਵੀ ਦੱਸ ਸਕਦੇ, ਜੇ ਉਹਨਾਂ ਕੋਲ ਇਹ ਵੀ ਟਾਈਮ ਨਹੀਂ ਗਾ ਬੋਲਣ ਦਾ ਵੀ, ਤੇ ਉੱਥੋਂ ਜਦੋਂ ਦੱਬਣਗੇ ਤੇ ਕੈਮਰਾਜ ਆਪਣੇ ਵੱਲ ਰੋਟੇਟ ਉਹਦੇ ਵੱਲ ਹੋ ਜਾਣਗੇ, ਉੱਥੋਂ ਜਿਹੜੇ ਪਾਇਲਟ ਤੇ ਜਿਹੜੇ ਸਾਡੇ ਪਿੱਛੇ ਗਾਰਡ ਨੇ ਉਹਨਾਂ ਕੋਲ ਕੰਟਰੋਲ ਆ, ਉਹ ਦੇਖ ਲੈ। ਟ੍ਰੇਨ ਸਰ ਕਪੂਰਥਲਾ ਦੇ ਵਿੱਚ ਹੀ ਤਿਆਰ ਕੀਤੀ? ਇਹ ਬਿਲਕੁਲ ਆ, ਤਾਂ ਤੁਹਾਡੇ ਮੂਹਰੇ ਆ ਸਾਰੀ, ਅੱਜ ਜਿੱਥੇ ਇਹ ਬਣ ਕੇ ਖੜੀ ਆ, ਨਾਲ ਹੀ ਅਸੀਂ ਅੰਮ੍ਰਿਤ ਭਾਰਤ ਜਿਹੜਾ ਇੱਕ ਆਮ ਬਹੁਤ ਬਿਲਕੁਲ ਜਿਹਦੇ ਵਿੱਚ ਏਸੀ ਤੋਂ ਬਗੈਰ ਅਸੀਂ ਕਹਿ ਰਹੇ ਹਾਂ, ਉਹ ਸਲੀਪਰ ਵੀ ਤੇ ਆਪਣਾ ਆਮ ਜਿਹੜੀ ਖੜਨ ਲਈ ਵੀ ਟਿਕਟ ਲੈ ਕੇ ਤੁਸੀਂ ਜਿੰਨੇ ਟਿਕਟ ਲੈ ਲਿਆ ਉਹ 'ਚ ਇਹ ਨਹੀਂ ਹੁੰਦਾ ਵੀ ਸੀਟਾਂ ਕਿੰਨੀਆਂ ਏ, ਜਿੰਨਾ ਵੀ ਤੁਸੀਂ ਉਹ 'ਚ ਖੜ ਕੇ ਜਾ ਸਕਦੇ ਹੋ, ਬਹਿ ਕੇ ਜਾ ਸਕਦੇ ਹੋ। ਆਮ ਆਦਮੀ ਦੀ ਟ੍ਰੇਨ, ਆਮ ਆਦਮੀ ਦੀ ਉਹ ਟ੍ਰੇਨਾਂ ਏ ਜਿਹੜੀਆਂ 50 ਬਣਨੀਆਂ, 50 ਅਸੀਂ ਅਗਲੇ ਕੁਛ ਮਹੀਨਿਆਂ 'ਚ ਉਹ ਚਲਾਉਣੀਆਂ, ਉਹਦਾ ਡੱਬਾ ਬਣਨਾ, ਅੱਜ ਉੱਥੇ ਪੂਜਾ ਹੋਈ ਆ, ਅਤੇ ਅੰਮ੍ਰਿਤ ਭਾਰਤ ਦਾ ਜਿਹੜਾ ਏ ਉਹਦੀ ਵੀ ਸ਼ੁਰੂ ਅੱਜ ਕਪੂਰਥਲੇ ਹੋ ਚੁੱਕੀ ਆ, ਅਤੇ ਇਹ ਜਿਹੜਾ ਵੰਦੇ ਮੈਟਰੋ ਆ ਜਿਹੜੀ ਉਹਦੀ ਆ ਬਣ ਕੇ ਪੂਰਾ ਤਿਆਰ ਆ, ਅਤੇ ਇਹਨੂੰ ਹਜੇ ਕਿਉਂਕਿ ਬੜੀਆਂ ਅਲੱਗ ਅਲੱਗ ਦੌਰ 'ਤੇ ਉਹਦੀਆਂ ਚੈਕਿੰਗਸ ਨੇ, ਅਲੱਗ ਦੌਰ 'ਤੇ ਇੰਸਪੈਕਸ਼ਨਸ ਹੁੰਦੀਆਂ ਏ, ਉਹ ਕਰਨੀਆਂ ਜਿਹੜੀਆਂ ਸਾਰਿਆਂ ਨੇ ਸ਼ੁਰੂ ਕਰਤੀਆਂ ਏ, ਅਤੇ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ, ਮੁਬਾਰਕਬਾਦ ਦਿੰਦਾ ਸਾਡੇ ਸਾਰੇ ਕਪੂਰਥਲੇ ਦੀ ਟੀਮ ਨੂੰ, ਜਿੰਨਾ ਇਹਨਾਂ ਨੇ ਵਧੀਆ ਕੰਮ ਕੀਤਾ, ਮੇਰੇ ਮਨ 'ਚ ਸੀ ਇਹ ਵੀ ਆ ਕੇ ਦੇਖਣਾ, ਅਤੇ ਇਹ ਦੋਨੋਂ ਜਿਹੜੀਆਂ ਇਹ ਚੀਜ਼ਾਂ ਇਹ ਤੁਹਾਨੂੰ ਆਉਣ ਵਾਲੇ ਅਗਲੇ ਸਾਲ ਆ ਜਿਹੜੀਆਂ ਤੁਹਾਨੂੰ ਟਰੈਕ 'ਤੇ ਇਹ ਦੇਖਣਗੀਆਂ, ਇਹ ਸਹੂਲਤਾਂ ਨੇ, ਇਹਦੇ ਵਿੱਚ ਕੋਈ ਇਹ ਮਹਿੰਗੀਆਂ ਸਹੂਲਤਾਂ ਨਹੀਂ ਗੀਆਂ, ਇਹ ਆਮ ਰੋਜ਼ ਜਿਹੜਾ ਡੀਜ਼ਲ ਪੈਟਰੋਲ ਤੋਂ ਪੋਲਿਊਸ਼ਨ ਤੋਂ ਜਿਹੜਾ ਛੁਟਕਾਰਾ ਪਏਗਾ, ਟਾਈਮ ਜਿਹੜਾ ਵਕਤ ਜਾਇਆ ਹੁੰਦਾ ਉਹ ਤੋਂ ਛੁਟਕਾਰਾ ਪਏਗਾ, ਅਤੇ ਕਿਤੇ ਅੱਜ ਕੱਲ੍ਹ ਪਾਰਕਿੰਗ ਦਾ ਔਖਾ ਏ, ਕਿੱਥੇ ਤੁਸੀਂ ਪਾਰਕਿੰਗਾਂ ਲੱਭੋ ਉੱਥੇ ਪੈਸਾ ਦਿਉ, ਇਹ ਜਿਹੜੀਆਂ ਜਦੋਂ ਸ਼ਹਿਰਾਂ 'ਚ ਉਤਰ ਗਈਆਂ ਗੱਡੀਆਂ ਅਤੇ ਤੁਹਾਡਾ ਡੀਜ਼ਲ ਪੈਟਰੋਲ ਦਾ ਉਹ ਖਰਚਾ, ਅੱਜ ਕੱਲ੍ਹ ਗੱਡੀਆਂ ਦਾ ਕਿੱਥੇ ਖੜੋ ਕਰੋ ਉਹਨਾਂ ਨੂੰ ਦੇਖੋ ਉਹ, ਅਤੇ ਇਹ ਟਾਈਮ ਨਾਲ ਇਹ ਜਿਹੜੀਆਂ ਟ੍ਰੇਨਾਂ ਨੇ ਕਦੋਂ ਤੱਕ ਰੇਲ ਟਰੈਕ 'ਤੇ ਦੌੜ? ਅਗਲੇ ਮੈਂ ਤੁਹਾਨੂੰ ਕਹਿ ਸਕਦਾ ਮਤਲਬ ਸਾਲ ਦੇ ਪਹਿਲੇ ਕੁਆਟਰ ਤੋਂ ਬਾਅਦ ਆ ਜਿਹੜੀ ਇਹਨਾਂ ਦੀ ਥੋੜ੍ਹੀ ਥੋੜ੍ਹੀ ਸ਼ੁਰੂਆਤ ਹੋ ਜੂਗੀ। ਰਮਨੀਤ ਜੀ, ਹੁਣੇ ਥੋੜ੍ਹੀ ਦੇਰ ਪਹਿਲਾਂ ਤੁਸੀਂ ਇੱਕ ਟ੍ਰੇਨ ਦੇ ਵਿੱਚ ਹੋਰ ਗਏ ਜਿਹੜੀ ਉਧਮਪੁਰ ਤੋਂ ਸ਼੍ਰੀਨਗਰ ਬਾਰਾਮੂਲਾ ਜਾਣੀ ਹੈ, ਉਹ ਟ੍ਰੇਨ ਦੇ ਵਿੱਚ ਕੀ ਖਾਸੀਅਤ ਹੈ ਔਰ ਉਹ ਵੀ ਇੱਥੇ ਤਿਆਰ ਹੋ ਰਹੀ ਪੰਜਾਬ ਦੇ? ਦੇਖੋ, ਮੈਂ ਉਹਨਾਂ ਦੀ ਵੀ ਮੁਬਾਰਕਬਾਦ ਦਿੰਦਾ, ਸਾਰੀ ਸਾਡੀ ਆਫਿਸਰ ਸਮਾਨ ਅੱਗੇ ਖੜੇ ਆ ਉਹ ਸਾਰੇ ਅੱਗੇ, ਤੇ ਜਿਨ੍ਹਾਂ ਨੇ ਬਹੁਤ ਬਹੁਤ
ਦੇਖੋ ਉਹ ਇੱਕ ਐਸਾ ਪ੍ਰੋਜੈਕਟ ਆ ਜਿਹੜਾ ਕਿ ਮੈਂ ਸਮਝਦਾ ਦੁਨੀਆ ਦੀ ਹਿਸਟਰੀ 'ਚ ਲਿਖਿਆ ਜਾਊਗਾ, ਜਿਹੜਾ ਜੰਮੂ ਤੋਂ ਬਾਰਾਮੂਲਾ। ਉਹ ਇੱਕ ਤਾਂ ਹਾਲਾਤ, ਕਿਸ ਹਾਲਾਤਾਂ ਦੇ ਵਿੱਚ ਉਹ ਟਰੈਕ 'ਤੇ ਕੰਮ ਕੀਤਾ ਹੈ, ਤੁਹਾਨੂੰ ਪਤਾ ਕਿੰਨਾ ਖਤਰਾ ਜੋਖਮ ਆ ਜਿਹੜਾ ਉਹ ਕਸ਼ਮੀਰ ਦੀ ਘਾਟੀ ਜੰਮੂ 'ਚ ਤੁਹਾਨੂੰ ਪਤਾ ਰਹਿੰਦਾ। ਰੇਲਵੇ ਵਾਲਿਆਂ ਨੇ ਰਿਸਕ ਲੈ ਕੇ ਜ਼ਿੰਦਗੀ ਦਾ, ਉਹ ਇੰਜੀਨੀਅਰਾਂ ਨੇ, ਉਹ ਸਾਡੇ ਟੈਕਨੀਸ਼ੀਅਨਾਂ ਨੇ, ਉਹ ਸਾਡੇ ਮਜ਼ਦੂਰਾਂ ਨੇ ਉੱਥੇ ਕੰਮ ਕੀਤਾ। ਉਦੋਂ ਬਾਅਦ ਤੁਸੀਂ ਜ਼ਰੂਰ, ਤੁਹਾਨੂੰ ਲੈ ਕੇ ਚੱਲਾਂਗੇ ਜਦੋਂ ਉਹ ਸਿਰੇ ਤੱਕ ਸਾਡੇ ਪ੍ਰਧਾਨ ਮੰਤਰੀ ਜੀ ਕੁਛ ਚਿਰ 'ਚ ਉਹਦਾ ਉਦਘਾਟਨ ਕਰਨਗੇ। ਕਈ ਜਗ੍ਹਾ ਤਾਂ ਖੋਲ੍ਹਤਾ ਸੀ ਆਪਣੇ ਇਲੈਕਸ਼ਨਾਂ ਤੋਂ ਪਹਿਲਾਂ, ਪਰ ਅਸਲੀ ਇੱਕ ਟਨਲ ਵਿੱਚ ਰਹਿੰਦੀ ਸੀ ਜਿਹੜਾ ਕਿ ਤੁਹਾਨੂੰ ਪੂਰਾ ਬਾਰਾਮੂਲਾ ਤੱਕ ਜਾਣ ਨੂੰ। ਅਤੇ ਮੌਸਮ ਇੱਕ ਬਹੁਤ ਵੱਡੀ ਚੁਣੌਤੀ ਉਹਦੀ ਉਹ ਐਸੇ ਐਸੇ ਬ੍ਰਿਜ ਬਣੇ ਨੇ ਜਿਹੜੇ ਕਿ ਮਤਲਬ ਇੱਕ ਇੰਟਰਨੈਸ਼ਨਲ ਕੀ ਮੈਂ ਕਿਹਾ ਦੁਨੀਆ ਉਹਨੂੰ ਦੇਖਣ ਆਉਂਦੀ ਆ, ਆਊਗੀ ਵੀ ਯਾਰ ਇਹ ਐਸਾ ਐਸਾ ਇਹ ਨਮੂਨਾ ਦਾ ਜਿਹੜਾ ਉਹ ਬ੍ਰਿਜ ਨੇ ਜਿਹੜੇ ਬਣੇ ਆ। ਹਾਂ, ਹੁਣ ਉਦੋਂ ਬਾਅਦ ਤੁਸੀਂ ਕਿਹਾ ਵੀ ਉੱਥੇ ਟ੍ਰੇਨ 'ਚ ਪਾਣੀ ਦੀ ਲੋੜ ਆ, ਬਾਥਰੂਮ ਦੀ ਲੋੜ ਆ, ਬਿਜਲੀ ਦੀ ਲੋੜ ਆ, ਕਿੰਨਾ ਟੈਂਪਰੇਚਰ ਮਾਈਨਸ ਚਲੇ ਜਾਂਦਾ ਏ, ਅਤੇ ਫਿਰ ਕੀ ਕਰੋ ਆਮ ਸਧਾਰਨ ਟ੍ਰੇਨਾਂ 'ਚ। ਤਾਂ ਇਹਨਾਂ ਨੇ ਉਹ ਸਾਰਾ ਕੁਛ ਤਿਆਰ ਕਰਕੇ ਉਹਦੇ ਬਾਥਰੂਮ ਜਿਸ ਤਰੀਕੇ ਨਾਲ, ਇਸ ਤਰੀਕੇ ਨਾਲ ਉਹ 'ਚ ਹੀਟਿੰਗ ਇੰਤਜ਼ਾਮ ਕੀਤਾ ਏ, ਕਿਉਂਕਿ ਬਹੁਤ ਜਿਹੜਾ ਤਾਰਾਂ ਦਾ ਇੰਤਜ਼ਾਮ ਆ, ਹੋਰ ਚੀਜ਼ਾਂ ਏ, ਇੰਨੀ ਠੰਡ 'ਤੇ ਬਹੁਤ ਚੀਜ਼ਾਂ ਏ ਜਿਹੜੀਆਂ ਕੰਮ ਨਹੀਂ ਕਰਦੀਆਂ, ਅਤੇ ਉਹ ਹੀਟਿੰਗ ਉਹਦੀ ਕਿਸ ਤਰੀਕੇ ਨਾਲ ਬਾਥਰੂਮਾਂ 'ਚ ਰਹੇ, ਉਹ ਗੀਜ਼ਰ ਲਾਏ ਨੇ, ਕਿਸ ਤਰੀਕੇ ਨਾਲ ਪਾਣੀ, ਜੇ ਗਰਮੀ ਆ ਤਾਂ ਠੰਡਾ ਏ, ਜੇ ਟੈਂਪਰੇਚਰ ਬਹੁਤ ਜ਼ਿਆਦਾ ਠੰਡ ਆ ਤਾਂ ਉਸ ਟੈਂਪਰੇਚਰ ਦੇ ਹਿਸਾਬ ਨਾਲ ਜਿਹੜਾ ਏ ਉਹ ਪਾਣੀ ਆ ਜਿਹੜਾ ਉਹਦੇ ਵਿੱਚ ਮੁਹੱਈਆ ਕਰਾਇਆ ਜਾਊਗਾ। ਇਹ ਚੀਜ਼ਾਂ ਏ ਉੱਥੇ, ਤੁਸੀਂ ਕਹਿ ਸਕਦੇ ਕਿ ਇੰਡੀਅਨ ਰੇਲਵੇ ਦੇ ਇਤਿਹਾਸ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਟ੍ਰੇਨ। ਉਹ ਟ੍ਰੇਨ ਦਾ ਦੇਖੋ ਸਟੀਲ ਦਾ ਕੰਮ ਹੁੰਦਾ, ਹੋਰ ਬੜੇ ਕੰਮ ਹੁੰਦੇ ਆ, ਕਿਉਂਕਿ ਟੈਂਪਰੇਚਰ ਉੱਥੇ ਹੋਰ ਤਰ੍ਹਾਂ ਦਾ ਏ, ਇੱਕਦਮ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਆ, ਅੰਦਰ ਉਨੀ ਠੰਡ ਨਾ ਲੱਗੇ, ਉਹਦਾ ਇੰਤਜ਼ਾਮ ਵੀ ਹੀਟਿੰਗ ਦਾ ਕੀਤਾ ਏ ਵੀ ਕਿਸੇ ਤਰੀਕੇ ਨਾਲ ਇਹ ਨਾ ਹੋਵੇ। ਉਹਦੀ ਲਾਈਫ ਲਾਈਨ ਆ ਜਿਵੇਂ ਤਕਰੀਬਨ 36 ਸਾਲ ਇੱਕ ਡੱਬੇ ਦੀ ਲਾਈਫ ਹੁੰਦੀ ਆ, ਜਾਂ ਉਹਨੂੰ ਦੇਖਣ ਲਈ, ਕਿਉਂਕਿ ਉਹ ਤੀਜੀ ਜਿਹੜਾ ਤੀਜਾ ਸਾਡਾ ਪੂਰਾ ਰੈਕ ਆ, ਪੂਰਾ ਸਾਡੀ ਟ੍ਰੇਨ ਆ, ਉਹ ਤੀਜੀ ਇੱਥੇ ਤਿਆਰ ਹੋ ਰਹੀ ਆ, ਦੋ ਤਿਆਰ ਕਰਕੇ ਭੇਜ ਚੁੱਕੇ ਆ, ਤੀਜੀ ਜਿਹੜੀ ਅੱਜ ਤੁਹਾਨੂੰ ਦਿਖਾਈ ਆ ਉਹ ਕੁਛ ਚਿਰ ਦੇ ਵਿੱਚ ਜਿਹੜੀ ਆ ਉਹ ਜਾ ਕੇ ਉੱਥੇ ਆਪਣੇ 'ਚ ਪਹੁੰਚ ਜਾਏਗੀ। ਅਤੇ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਉਦਘਾਟਨ ਕਰਨਗੇ ਤਾਂ ਤੁਸੀਂ ਦੇਖੋਗੇ ਜੰਮੂ ਤੋਂ ਬਾਰਾਮੂਲਾ ਤੱਕ ਸਿੱਧਾ ਇਹ 'ਚ ਸਫ਼ਰ ਕਰੋਗੇ, ਅਤੇ ਬਹੁਤ ਅਲੱਗ ਤਰੀਕੇ ਦੀਆਂ ਉਹ 'ਚ ਹੋਰ ਸਹੂਲਤਾਂ ਨੇ ਜਿਹੜੀਆਂ ਉਹ ਵੀ ਦਿੱਤੀਆਂ ਹੈ। ਬਿੱਟੂ ਜੀ, ਵਧਾਈ ਵਾਲੀ ਵੀ ਗੱਲ ਹੈ ਔਰ ਇੱਕ ਹੈਰਾਨੀ ਵਾਲੀ ਵੀ ਹੈ ਕਿ ਤੁਸੀਂ ਹੁਣ ਪੰਜਾਬ ਤੋਂ ਸੰਬੰਧ ਰੱਖਦੇ ਹੋ, ਮੰਤਰੀ ਬਣੇ, ਇੱਥੇ ਪਹੁੰਚੇ, ਮੇਰੇ ਖਿਆਲ ਨਾਲ 80% ਪੰਜਾਬੀਆਂ ਨੂੰ ਹੀ ਨਹੀਂ ਪਤਾ ਹੋਏਗਾ। ਮੁਲਾਜ਼ਮ ਖੜੇ ਆ ਸਾਰੇ, ਆ ਜ਼ਰੂਰ ਦਿਖਾਓ ਕਿਵੇਂ ਚਾਹ ਏ, ਖੁਸ਼ੀ ਆ ਸਾਡੇ ਸਾਰੇ ਹੀ, ਇਹ ਇੱਥੇ ਦੇ, ਇੱਥੇ ਪੰਜਾਬ 'ਚ ਕੰਮ ਕਰਨ ਵਾਲੇ ਪਿੰਡਾਂ ਦੇ। ਪੁੱਛਣ ਜਾ ਰਿਹਾ ਸੀ ਕਿ ਅੱਧੇ ਪੰਜਾਬੀਆਂ ਨੂੰ ਹੀ ਨਹੀਂ ਪਤਾ ਹੋਊਗਾ ਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਵੱਡੀ ਰੇਲ ਕੋਚ ਫੈਕਟਰੀ ਆ ਜਿਹਦਾ ਇੱਕ ਵੱਡਾ ਯੋਗਦਾਨ ਹੈ ਦੇਸ਼ ਦੇ ਵਿੱਚ। ਹਾਂ, ਤੁਸੀਂ ਬਹੁਤ ਵੱਡੀ ਗੱਲ ਰਾਜੀਵ ਜੀ ਤੁਸੀਂ ਕੀਤੀ ਆ। ਮੇਰਾ ਸਭ ਤੋਂ ਵੱਡਾ ਮਕਸਦ ਇਹੀ ਆ ਆਉਣ ਦਾ ਕੰਮ, ਤਾਂ ਇਹ ਤੁਹਾਨੂੰ ਤੁਸੀਂ ਅੰਦਾਜ਼ਾ ਲਾਓ ਵੀ ਇਹ ਇੱਕ ਮਹੀਨੇ ਦੇ ਕਿੰਨੇ ਡੱਬੇ ਤਿਆਰ ਕਰ ਰਹੇ ਹੋਣਗੇ, ਅੰਦਾਜ਼ਾ ਲਾਓ 200। ਤੁਸੀਂ ਅੰਦਾਜ਼ਾ ਲਾਓ ਬਈ 200 ਆ ਕਪੂਰਥਲੇ ਦੀ RCF ਫੈਕਟਰੀ ਤੋਂ ਬਾਹਰ 200 ਡੱਬਾ ਜਿਹੜਾ ਟ੍ਰੇਨਾਂ ਟਰੈਕਾਂ 'ਤੇ ਦੇਖਦਾ ਉਹ ਇੱਥੋਂ ਬਣ ਕੇ ਨਿਕਲਦਾ ਏ, ਅਤੇ ਤੁਸੀਂ ਦੇਖੋ ਕਿੰਨਾ ਕਿੰਨੀ ਇਹ ਲੋਕ, ਜਦੋਂ ਇਹ 85 'ਚ ਬਣੀ ਸੀ ਉਦੋਂ ਦੇ ਲੋਕ ਹੁਣ ਰਿਟਾਇਰਮੈਂਟ ਦੇ ਨੇੜੇ ਆਏ ਹੋਏ ਆ ਸਾਰੀਆਂ ਜ਼ਿੰਦਗੀਆਂ। ਅਤੇ ਜੇ ਤੁਸੀਂ ਆ ਕੇ ਉਰੇ ਦੇਖੋ ਤੁਸੀਂ ਚੰਡੀਗੜ੍ਹ ਭੁੱਲ ਜਾਓਗੇ, ਤੁਸੀਂ ਹੋਰ ਸ਼ਹਿਰ ਭੁੱਲ ਜਾਓਗੇ, ਜਿਸ ਤਰੀਕੇ ਨਾਲ ਇਹਨਾਂ ਨੇ ਸਾਰਾ ਆਪਣਾ ਹੀ ਵੱਖਰਾ ਸ਼ਹਿਰ। ਮੈਂ ਕਿਹਾ ਜੀ ਮੋਰ ਦੈਨ 4000 ਆਪਣੇ ਟੋਟਲ 6000 ਤੋਂ ਉੱਤੇ ਜਿਹੜੇ ਨੇ ਸਾਡੇ ਆਫਿਸਰ, ਸਾਡੇ ਮੁਲਾਜ਼ਮ ਸਾਰੇ ਇੱਥੇ ਕੰਮ ਕਰਦੇ ਆ। ਅਤੇ ਇਸ ਤਰੀਕੇ ਦਾ ਤੁਸੀਂ ਹੈਰਾਨ ਹੋਵੋਗੇ, 300 ਕਿੱਲੇ 'ਚ
300 ਕਿੱਲੇ ਦੇ ਵਿੱਚ ਤਾਂ ਉਹਨਾਂ ਦੀਆਂ ਦੁਕਾਨਾਂ ਮਾਰਕੀਟ ਨੇ ਜਿਹੜਾ ਜਿੱਥੇ ਉਹ ਸ਼ੋਪਿੰਗ ਕਰਦੇ ਆ। ਉਸ ਤੋਂ ਬਾਅਦ ਹਰ ਤਰ੍ਹਾਂ ਦਾ ਖੇਡਣ ਲਈ ਉਹਨਾਂ ਦੇ ਸਟੇਡੀਅਮ, ਹਰ ਚੀਜ਼, ਸਵਿਮਿੰਗ ਪੂਲ ਤੋਂ ਲੈ ਕੇ ਗੋਲਫ ਕੋਰਸ ਕਿੱਥੇ ਆ ਜੀ? ਪਰ ਇੱਥੇ ਗੋਲਫ ਕੋਰਸ ਜਿਹੜਾ ਉਹ ਪ੍ਰਬੰਧ ਕੀਤਾ ਹੋਇਆ, ਉਹਦੀ ਦੇਖ ਰੇਖ ਤੁਸੀਂ ਪਹਿਲ ਕੀਤੀ ਹੈ ਕਿ ਇੱਥੇ ਪਹੁੰਚੇ ਹੋ? ਪਹਿਲਾਂ ਮੈਂ ਜਿਸ ਤਰ੍ਹਾਂ ਫਿਰ ਉਹੀ ਦੁਹਰਾ ਰਿਹਾ ਸਵਾਲ ਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਇੰਨਾ ਇੱਕ ਹੋਰ ਗੱਲ ਜ਼ਰੂਰ ਦੱਸਾਂ ਇਹਦੇ ਨਾਲ ਜਿਹੜਾ ਇਹ ਤਾਂ ਉਰੇ ਤਾਂ ਕੰਮ ਜਿਹੜਾ ਹੁੰਦਾ ਹੀ ਹੁੰਦਾ, ਜਿਹੜਾ ਦੇਸ਼ ਨੂੰ ਅਤੇ ਪੰਜਾਬ ਨੂੰ ਤੁਸੀਂ ਅੰਦਾਜ਼ਾ ਲਾਓਗੇ 4,000 ਕਰੋੜ ਦਾ, 4,000 ਕਰੋੜ ਦਾ ਈਅਰਲੀ ਜਿਹੜਾ ਇਹ ਅਲੱਗ ਅਲੱਗ ਮਟੀਰੀਅਲ ਜਿਹੜਾ ਹੈ ਪਰਚੇਜ਼ ਕੀਤਾ ਜਾਂਦਾ ਬਾਹਰੋਂ, ਸਾਡੀਆਂ ਛੋਟੀਆਂ ਛੋਟੀਆਂ ਫੈਕਟਰੀਆਂ ਹੈ, ਕਿਤੋਂ ਨਟ ਕੋਈ ਬੋਲਟ ਜਾਂ ਜਿਹੋ ਜਿਹੀਆਂ ਵੀ ਚੀਜ਼ਾਂ ਹੈ, ਯਾਨੀ ਕਿ ਰੈਵਨਿਊ ਜਨਰੇਟ ਕਰਨ ਦੇ ਵਿੱਚ 4,000 ਕਰੋੜ ਰੁਪਈਆ, ਜਿਹਦੇ ਵਿੱਚੋਂ ਤਕਰੀਬਨ 700 ਮਤਲਬ ਇਹੋ ਜਿਹੇ ਪੰਜਾਬ 'ਚ ਨੇ, ਅਤੇ 40% ਜਿਹੜਾ ਹੈ ਉਹ ਇਕੱਲੀ ਚੀਜ਼ ਜਿਹੜੀ ਖਰੀਦਦਾਰੀ ਹੈ ਤਕਰੀਬਨ 1200 ਕਰੋੜ ਰੁਪਏ ਦੀ, 1200 ਕਰੋੜ ਹੈ ਜੀ ਪੰਜਾਬ ਸੇ, 1200 ਕਰੋੜ ਰੁਪਏ ਯਹਾਂ ਸੇ ਖਰੀਦ ਜੋ ਹੈ ਅਕੇਲੇ ਪੰਜਾਬ ਸੇ। ਚਲੋ ਉਹ ਸਿਸਟਮ ਅਲੱਗ ਹੈ, ਇਹ ਨਹੀਂ ਗਾ, ਉਹ ਤਾਂ ਅਲੱਗ ਪ੍ਰੋਪਰ ਸਿਸਟਮ ਆ ਜਿਹਦੇ ਵਿੱਚ ਖਰੀਦ ਹੁੰਦੀ ਆ, ਪ੍ਰੋਪਰ ਟੈਂਡਰ ਪ੍ਰੋਸੈਸ, ਉਹ ਸਾਰਾ ਅਲੱਗ ਆ। ਬਟ ਵੈਸੇ ਮੈਂ ਊਂ ਦੱਸਣ ਲੱਗਿਆ ਸੀ, ਮੈਂ ਅੰਕੜੇ ਪੁੱਛ ਰਿਹਾ ਸੀ ਵੀ ਪੰਜਾਬ 'ਚ ਕਿਤੇ 1200 ਕਰੋੜ ਰੁਪਏ ਦੀ ਜਿਹੜੀ ਆ ਉਹ ਖਰੀਦਦਾਰੀ ਪਿਛਲੇ ਦਿਨਾਂ 'ਚ ਜਿਹੜੀ ਆ ਉਹ ਪੰਜਾਬ ਤੋਂ ਹੋਈ ਆ। ਉਹ ਤਾਂ ਪ੍ਰੋਪਰ ਇੱਕ ਸਿਸਟਮ ਦੇ ਵਿੱਚ ਆ, ਇਹ ਆਪਣੀ ਮਰਜ਼ੀ ਤਾਂ ਕੋਈ ਜਾਂ ਮੈਂ ਤੁਸੀਂ ਨਹੀਂ ਕਰ ਸਕਦੇ, ਪ੍ਰੋਪਰ ਇੱਕ ਪ੍ਰੋਸੈਸ ਆ। ਪਰ 4,000 ਕਰੋੜ ਦਾ ਜਿਹੜਾ ਬਾਹਰੋਂ ਤਕਰੀਬਨ ਆ ਜਿਹੜਾ ਉਹ ਇੱਥੇ ਮੋਰ ਦੈਨ 100 ਕੰਪਨੀਜ਼ ਨੇ ਜਿਨ੍ਹਾਂ ਦੇ ਵਿੱਚੋਂ ਇਹ ਖਰੀਦਦਾਰੀ ਕੀਤੀ ਜਾਂਦੀ ਆ। ਅਤੇ ਮੈਂ ਹੋਰ ਦੱਸਾਂ, ਇਹ ਅਸੀਂ ਪਾਇਨੀਅਰ, ਅਸੀਂ ਇਹਦੇ ਵਿੱਚ ਵਿਸ਼ੇਸ਼, ਮੈਂ ਤੁਹਾਨੂੰ ਦੱਸਦਾ, ਇਹ ਬੰਦੇ ਮੈਟਰੋ 'ਚ ਵੀ ਹੋਰਾਂ 'ਚ ਵੀ ਤੁਸੀਂ ਦੇਖੋਗੇ ਕਪੂਰਥਲਾ ਜਿਹੜਾ ਹੈ ਉਹ ਲੀਡ ਕਰੂਗਾ, ਪਾਇਨੀਅਰ ਇਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਬਣੂ, ਕਿਉਂਕਿ ਪੰਜਾਬ ਨਾਲ ਸੰਬੰਧ ਰੱਖਦੇ ਹੋ, ਮੰਤਰੀ ਹੋ, ਜ਼ਿੰਮੇਵਾਰੀ ਵੀ ਵੱਡੀ ਹੈ, ਅਤੇ ਤੁਸੀਂ ਨਹੀਂ ਸਮਝਦੇ ਕਿ ਜਿਸ ਤਰੀਕੇ ਦੇ ਨਾਲ ਇੱਥੇ ਇਸ ਰੇਲ ਕੋਚ ਫੈਕਟਰੀ ਦੇ ਵਿੱਚ ਵੱਡਾ ਯੋਗਦਾਨ ਰੇਲਵੇ ਨੂੰ ਦਿੱਤਾ ਜਾ ਰਿਹਾ, ਪਰ ਪੰਜਾਬ ਦੇ ਲਈ ਵੀ ਇਸ ਨੂੰ ਕਿਤੇ ਨਾ ਕਿਤੇ ਇਸਤੇਮਾਲ ਕੀਤਾ ਜਾਵੇ, ਕਿਉਂਕਿ ਰੇਲ ਟਰੈਕ ਨੂੰ ਲੈ ਕੇ ਲੋਕ ਸਵਾਲ ਖੜੇ ਕਰਦੇ ਕਿ ਅੰਗਰੇਜ਼ਾਂ ਦੇ ਟਾਈਮ ਤੋਂ ਜਿਹੜੇ ਰੇਲ ਟਰੈਕ ਬਣੇ ਸੀ ਉਸ ਤੋਂ ਬਾਅਦ ਅੱਗੇ ਕੋਈ ਕੰਮ ਹੋਇਆ ਹੀ ਨਹੀਂ, ਪਰ ਇੱਥੇ ਆ ਕੇ ਬਿਲਕੁਲ ਵੱਖਰਾ। ਕਿੰਨੀ ਖੁਸ਼ੀ ਨਾਲ ਕੰਮ ਕਰ ਰਹੇ ਆ, ਅਤੇ ਮੈਂ ਇੱਕ ਗੱਲ ਮੈਂ ਉਹਦਾ ਜਵਾਬ ਦਿੰਦਾ, ਪਰ ਮੈਂ ਜਿੰਨੇ ਵੀ ਕੰਮ ਕਰਨ ਵਾਲੇ ਉਹਨਾਂ ਦੇ ਮੂੰਹ 'ਤੇ ਇੱਕ ਖੁਸ਼ੀ ਆ, ਉਹਦੇ ਰੌਣਕ ਆ, ਦੇ ਆਰ ਸੈਟਿਸਫਾਈਡ, ਉਹ ਖੁਸ਼ੀ ਨਾਲ ਇੱਕ ਨਹੀਂ ਇੱਕ ਮਜਬੂਰੀ ਨਾਲ ਕੰਮ ਕਰਦਾ ਹੁੰਦਾ, ਇਹ ਇੱਕ ਇਹ ਜਿਉਂਦੇ ਆ, ਇਹਦਾ ਇਹਦਾ ਰੋਜ਼ ਜਿਹੜਾ ਇਹ ਮੈਂ ਸਮਝਦਾ ਇਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਇਹ ਆ, ਇਹ ਵੀ ਬਹੁਤ ਪਿਆਰ ਕਰਦੇ ਆ, ਕੋਈ ਕਿਸੇ ਚੀਜ਼ 'ਚ ਆਫਿਸਰ ਸਾਹਿਬਾਨ, GM ਸਾਹਿਬ, ਸਾਰੀ ਟੀਮ ਕੋਈ ਕਿਸੇ 'ਚ ਕਮੀ ਨਹੀਂ ਛੱਡਦੀ, ਪਰ ਇਹ ਵੀ ਆਪਣਾ 100% ਦਿੰਦੇ ਆ ਉਰੇ ਹਰ ਚੀਜ਼ ਨੂੰ। ਅਤੇ ਜਿਹੜੀ ਤੁਸੀਂ ਅੱਗੇ ਰੇਲ ਦੀ ਗੱਲ ਕੀਤੀ, ਟਰੈਕਸ ਦੀ ਗੱਲ ਕੀਤੀ, ਪੰਜਾਬ ਦੇ ਵਿੱਚ ਮੈਂ ਇੱਕ ਗੱਲ ਕਹਾਂ, ਇਹ ਮੈਂ ਕਹਿਣੀ, ਜਿਹੜੇ ਥੱਲੇ ਛੋਟੇ ਲੈਵਲ